ਕਿਸਾਨ ਦੋਸਤੋ ਝੋਨੇ ਦੇ ਵਿੱਚ ਨਦੀਨਾਂ ਦਾ ਕੰਟਰੋਲ ਭਾਵੇਂ ਕਿ ਇਹ ਜਿਹੜੀ ਵੀਡੀਓ ਬਣਾ ਰਿਹਾ ਹਾਂ ਇਹਦਾ ਜਿਹੜਾ ਪਹਿਲਾ ਪਾਰਟ ਹੈ ਕੋਈ ਦਿਨ ਪਹਿਲਾਂ ਆਉਣਾ ਚਾਹੀਦਾ ਸੀ ਪਰੰਤੂ ਕਿਸੇ ਕਾਰਨ ਵਸ਼ ਨਹੀਂ ਆ ਸਕਿਆ ਤਿੰਨ ਪਾਰਟ ਹੋਣਗੇ ਤਿੰਨ ਚੀਜ਼ਾਂ ਦੇ ਉੱਪਰ ਜਾਂ ਕਹਾਂ ਕੋ ਕੇ ਗੱਲ ਕਰਾਂਗੇ ਪਹਿਲਾ ਹਿੱਸੇ ਦੇ ਵਿੱਚ ਗੱਲ ਕੀਤੀ ਜਾਊਗੀ ਕਿ 2 ਤੋਂ 3 ਦਿਨ ਜਿਹੜਾ ਕੱਦੂ ਵਾਲਾ ਝੋਨਾ ਲੱਗੇ ਨੂੰ 2 ਤੋਂ 3 ਦਿਨ ਹੋ ਗਏ ਉਸ ਟਾਈਮ ਦੇ ਵਿੱਚ ਕਿਹੜੀ ਦਵਾਈ ਖੇਤ ਚ ਪਾ ਸਕਦੇ ਹਾਂ ਨਦੀਨ ਕੰਟਰੋਲ ਦੇ ਲਈ ਦੋ ਨੰਬਰ ਤੇ ਗੱਲ ਹੋਏਗੀ ਕਿ ਕਿਸੇ ਕਾਰਨ ਵਸ਼ ਝੋਨਾ ਲੱਗੇ ਨੂੰ ਕੱਦੂ ਕਰਕੇ ਲਾਏ ਨੂੰ 10 ਤੋਂ 12 ਦਿਨ ਹੋਏ ਐ ਪਰੰਤੂ ਉਹਦੇ ਵਿੱਚ ਸਵਾੰਕ ਜਾਂ ਹੋਰ ਨਦੀਨ ਉੱਗ ਆਏ ਐ ਤੇ ਉਹਨਾਂ ਦਾ ਕੰਟਰੋਲ ਕਿਵੇਂ ਕਰੀਏ ਤੀਸਰੇ ਭਾਗ ਦੇ ਵਿੱਚ ਗੱਲ ਹੋਏਗੀ ਕਿ ਝੋਨੇ ਦੀ ਲਵਾਈ ਤੋਂ 20 ਤੋਂ 25 ਦਿਨ ਬਾਅਦ ਜਿਹੜਾ ਟੱਡਾ ਇਹ ਪਿਆਜ਼ੀ ਐ ਹੋਰ ਚੀਜ਼ਾਂ ਉੱਗ ਗਈਆਂ ਉਹਨਾਂ ਦਾ ਕੰਟਰੋਲ ਕਿਵੇਂ ਕਰਾਂਗੇ ਅੱਜ ਆਪਾਂ ਸਿਰਫ ਤੇ ਸਿਰਫ ਗੱਲ ਕਰਦੇ ਆਂ ਕਿ ਝੋਨਾ ਲਾਉਣ ਤੋਂ ਬਾਅਦ ਕੱਦੂ ਕਰਕੇ ਖੇਤ ਲਾਉਣ ਤੋਂ ਬਾਅਦ 2 ਤੋਂ 5 ਦਿਨ ਦੇ ਵਿੱਚ ਕਿਹੜੀ ਸਪਰੇਅ ਅਸੀਂ ਜਿਹੜਾ ਵਰਤ ਸਕਦੇ ਆਂ ਤੇ ਕੀ ਉਹਦੇ ਲਈ ਸਾਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਤੇ ਜਿਹੜੀਆਂ ਤਿੰਨ-ਚਾਰ ਤਰ੍ਹਾਂ ਦੀਆਂ ਅਲੱਗ-ਅਲੱਗ ਸਪਰੇਅ ਹੈਗੀਆਂ ਇਹਨਾਂ ਦੇ ਵਿੱਚ ਕੀ ਅੰਤਰ ਹੈਗਾ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਵੱਲੋਂ ਸਾਰੇ ਹੀ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੋ ਫੇਸਬੁੱਕ ਤੇ ਉਹਦਾ ਫੇਸਬੁੱਕ ਪੇਜ ਜੁਆਇਨ ਕਰ ਲਿਓ ਜੋ ਕਿਸਾਨ ਦੋਸਤੋ ਪਹਿਲੀ ਗੱਲ ਧਿਆਨ ਚ ਰੱਖਣੀ ਹੈ ਕਿ ਜੋ ਵੀ ਕੋਈ ਨਦੀਨ ਨਾਸ਼ਕ ਦਵਾਈ ਕਦੂ ਕਿਤੇ ਝੋਨੇ ਦੇ ਵਿੱਚ ਆਪਾਂ ਪਾਉਣੀ ਹੈ ਉਸ ਦਵਾਈ ਨੂੰ 50 ਤੋਂ 60 ਕਿਲੋ ਜਿਹੜੀ ਮਿੱਟੀ ਦੇ ਵਿੱਚ ਚੰਗੇ ਤਰੀਕੇ ਨਾਲ ਮਿਲਾ ਕੇ ਇੱਕ ਸਾਰ ਖੇਤ ਦੇ ਵਿੱਚ ਛਿੱਟਾ ਦੇਣਾ ਤੇ ਛਿੱਟਾ ਦੇ ਦਿੱਤਾ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਖੇਤ ਦੇ ਵਿੱਚ ਵੜਨਾ ਨਹੀਂ ਹੈਗਾ ਖੇਤ ਨੂੰ ਹਿਲਾਉਣਾ ਨਹੀਂ ਹੈਗਾ ਇਹ ਨਹੀਂ ਕਰਨਾ ਕਿ ਤੁਸੀਂ ਇੱਕ ਪਾਸੇ ਨੱਕਾ ਖੇਤ ਦੇ ਵਿੱਚ ਚਾਲੂ ਹੈ ਪਾਣੀ ਵੜ ਰਿਹਾ ਹੈ ਖੇਤ ਚ ਜਾ ਰਿਹਾ ਦੂਜੇ ਪਾਸੇ ਤੁਸੀਂ ਦਵਾਈ ਪਾ ਰਹੇ ਹੋ ਖੇਤ ਦਾ ਨੱਕਾ ਬੰਦ ਕਰਕੇ ਉਸ ਤੋਂ ਬਾਅਦ ਦਵਾਈ ਪਾਓ ਤੇ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਮੈਨੂੰ ਖੇਤ ਦੇ ਵਿੱਚ ਪਾਣੀ ਹੋਰ ਪੜਨਾ ਹੈ ਤਾਂ ਕੋਸ਼ਿਸ਼ ਕਰੋ ਕਿ 48 ਘੰਟੇ ਤੱਕ ਖੇਤ ਦੇ ਵਿੱਚ ਕੋਈ ਦਿੱਕਤ ਨਾ ਕੀਤੀ ਜਾਵੇ 48 ਘੰਟੇ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਮੇਰਾ ਪਾਣੀ ਸੁੱਕ ਜਾਊਗਾ ਮੈਨੂੰ ਹੋਰ ਪਾਣੀ ਪਾਉਣਾ ਚਾਹੀਦਾ ਤੇ 48 ਘੰਟੇ ਬਾਅਦ ਪਾਣੀ ਹੋਰ ਪਾਓ ਇਹੇ ਪਾਣੀ ਖੇਤ ਦਾ ਖੇਤ ਵਿੱਚ ਹੀ ਜੀਰਨਾ ਚਾਹੀਦਾ ਹੈ ਇਹ ਨਹੀਂ ਹੈਗਾ ਕਿ ਇਹਨੂੰ ਬਾਹਰ ਕੱਢ ਦਿੱਤਾ ਜਾਵੇ ਠੀਕ ਹੈ ਤਾਂ ਕਿਹੜੀ-ਕਿਹੜੀ ਦਵਾਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੀ ਕਹਿੰਦੀ ਹੈ ਸਭ ਤੋਂ ਪਹਿਲੀ ਦਵਾਈ ਸਾਡੇ ਕੋਲੇ ਜਿਹੜੀ ਹੈ ਆਉਂਦੀ ਹੈ ਬੂਟਾ ਕਲੋਰ ਬੂਟਾ ਕਲੋਰ ਬੂਟਾ ਕਲੋਰ ਜਿਹੜੀ ਦਵਾਈ ਹੈ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ 50 EC ਆਉਂਦੀ ਹੈ ਤੇ ਇੱਕ 50 EW ਹੁੰਦੀ ਹੈ ਇੱਕ ਤੇਲ ਜੇ ਅਰਗੀ ਹੁੰਦੀ ਹੈ ਇੱਕ ਦੁੱਧ ਜੇ ਅਰਗੀ ਹੁੰਦੀ ਹੈ ਆ ਤੁਸੀਂ ਸਕਰੀਨ ਸ਼ਾਟ ਇੱਥੋਂ ਲੈ ਸਕਦੇ ਹੋ 1200 ਮਿਲੀਲੀਟਰ ਮੱਕੇ ਲਗਭਗ ਸਵਾ ਲੀਟਰ ਪ੍ਰਤੀ ਕਿੱਲੇ ਦੀ ਇਹ ਵਰਤੀ ਜਾਂਦੀ ਹੈ ਦੋਮਾਚੇ ਫਰਕ ਕੀ ਹੁੰਦਾ ਜਿਹੜੀ ਈਸੀ ਦਵਾਈ ਹੈਗੀ ਹੈ ਈਸੀ ਦਵਾਈ ਅਸੀਂ ਉਹਨਾਂ ਖੇਤਾਂ ਦੇ ਵਿੱਚ ਵਰਤਦੇ ਹਾਂ ਜਿੱਥੇ ਸਾਡੇ ਪਾਣੀ ਦੀ ਕੋਈ ਘਾਟ ਨਹੀਂ ਹੈਗੀ ਅਸੀਂ 72 ਘੰਟੇ ਤੱਕ ਦਵਾਈ ਪਾਉਣ ਤੋਂ ਬਾਅਦ 72 ਘੰਟੇ ਤੱਕ ਪਾਣੀ ਮੇਨਟੇਨ ਰੱਖ ਸਕਦੇ ਹਾਂ ਈਡਬਲਯੂ ਦਵਾਈ ਉੱਥੇ ਵਰਤੀ ਜਾਂਦੀ ਹੈ ਜਿੱਥੇ 72 ਘੰਟੇ ਨਹੀਂ ਤੁਸੀਂ 48 ਘੰਟੇ ਤੱਕ ਪਾਣੀ ਰੱਖ ਸਕਦੇ ਹੋ ਮੱਕੇ ਪਾਣੀ ਥੋੜਾ ਜਿਹਾ ਘੱਟ ਹੈਗਾ ਉੱਥੇ ਅਸੀਂ EW ਵਰਤਾਂਗੇ ਜਿਹੜੀ ਦੁੱਧ ਜਿਹੜੀ ਹਰ ਕੀ ਹੁੰਦੀ ਹੈ ਠੀਕ ਹੈ ਜਿਹਨੂੰ ਆਪਾਂ ਇਹ ਫਾਸਟਮੈਕਸ ਯੂਨੀਵਰਸਿਟੀ ਨੇ ਕਿਹਾ ਹੈ ਇਹ ਜਿਹੜੀ ਦਵਾਈ ਹੈਗੀ ਹੈ ਨਦੀਨ ਆਸ਼ਕ ਜਿਹੜੀ ਹੈਗੀ ਹੈ ਸਵਾੰਖ ਤੇ ਬਾਕੀ ਨਦੀਨਾਂ ਨੂੰ ਕਾਫੀ ਚੰਗੇ ਤਰੀਕੇ ਨਾਲ ਮਾਰਦੀ ਹੈ ਇੱਕ ਖਾਸੀਅਤ ਹੋਰ ਹੈ ਦੀ ਕਿ ਜੇ ਖੇਤ ਦੇ ਵਿੱਚ ਕੋਈ ਨਦੀਨ ਟੰਗੂਰ ਮਾਰ ਗਿਆ ਕੋਈ ਨਦੀਨ ਟੰਗੂਰ ਮਾਰ ਗਿਆ ਮਤਲਬ ਕੀ ਹੋਇਆ ਕਿ ਕਦੂ ਕੀਤਾ ਖੇਤ ਦੇ ਵਿੱਚ ਝੋਨਾ ਲਾਉਣ ਵਾਸਤੇ ਲੇਕਿਨ 4 ਦਿਨ ਤੱਕ ਝੋਨਾ ਨਹੀਂ ਲੱਗ ਸਕਿਆ ਪਾਣੀ ਇੱਕ ਵਾਰੀ ਸੁੱਕ ਗਿਆ ਸੀਗਾ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਕਿ ਖੇਤ 'ਚ ਇਹ ਨਦੀਨ ਟੰਗੂਰ ਮਾਰ ਚੁੱਕੇ ਹੋਣਗੇ ਤਾਂ ਇਹ ਦਵਾਈ ਕੰਮ ਕਰੇਗੀ ਉੱਗੇ ਹੋਏ ਨਦੀਨ ਨੂੰ ਇਹ ਨਹੀਂ ਮਾਰਨਾ ਜਿਹੜਾ ਖੇਤ 'ਚ ਬੀ ਪਿਆ ਹੈ ਜਿਹੜੇ ਨਦੀਨ ਨੇ ਟੰਗੂਰ ਮਾਰਿਆ ਉਹਨੂੰ ਬੂਟਾ ਕਲੋਰ ਮਾਰੇਗੀ ਕਲੀਅਰ ਠੀਕ ਹੈ ਅਗਲੀ ਦਵਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਝੋਨਾ ਕੱਦੂ ਕਰਕੇ ਲਾਉਣ ਤੋਂ 2 ਤੋਂ 5 ਦਿਨ ਦੇ ਵਿੱਚ ਪਾਉਣ ਦੇ ਲਈ ਇੱਕ ਦਵਾਈ ਹੋਰ ਕਮੈਂਡ ਕਰਦੀ ਹੈ ਜਿਹਦਾ ਨਾਮ ਹੈ ਅਨਿਲੋਫੋਸ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਨੀਲੋਫੋਸ ਵੀ ਦੋ ਰੂਪਚਾਰੀ ਹੈ 1 ਇੱਕ 18 EC ਹੈ 1 30 EC ਹੈ ਇਹਨਾਂ ਨੀਲੋਫੋਸ ਦੀ ਇੱਕ ਖਾਸੀਅਤ ਹੈ ਕਿ ਜਿਹੜੇ ਖੇਤ ਦੇ ਵਿੱਚ ਕਣਕੀ ਕਾ ਹੁੰਦਾ ਉਸ ਨੂੰ ਇਹ ਚੰਗੇ ਤਰੀਕੇ ਦੇ ਨਾਲ ਕੰਟਰੋਲ ਕਰਦੀ ਹੈ ਇੱਕ ਗੱਲ ਹੋਰ ਹੈ ਜੇ ਖੇਤ ਦੇ ਵਿੱਚ ਤੁਸੀਂ ਜਿਵੇਂ ਹਰੀ ਖਾਦ ਦਵਾਈ ਸੀਗੀ ਹਰੀ ਖਾਦ ਵਾਉਣ ਤੋਂ ਬਾਅਦ ਚ ਕੁਝ ਨਦੀਨ ਆਵੇਂ ਜੜਾਂ ਲਾ ਗਈ ਹੈ ਕਿਸੇ ਕਾਰਨ ਵਸ਼ ਖੇਤ ਚ ਨਦੀਨ ਉਗਿਆ ਤੇ ਨਦੀਨ ਟੋਡਾ ਐਡਾ ਕੋ ਹੈਗਾ ਕਿ ਪਾਣੀ ਥੱਲੇ ਨੱਪਿਆ ਜਾ ਸਕਦਾ ਹੈ ਤਾਂ ਉਸ ਸਮੇ ਅਸੀਂ ਨੀਲੋਫਾਸ ਦਵਾਈ ਵਰਤਦੇ ਹਾਂ ਕਲੀਅਰ ਹੈ ਅਨੀਲਾਫਾਸ ਦਵਾਈ ਜਿਹੜੀ 30 EC ਹੈ ਇਹ 500 ਮਿਲੀਲੀਟਰ ਵਰਤੀ ਜਾਂਦੀ ਹੈ 18 EC ਜਿਹੜੀ ਹੈਗੀ ਹੈ 850 ml ਕਿੱਲੇ ਦੀ ਵਰਤੀ ਜਾਂਦੀ ਹੈ ਕਲੀਅਰ ਅਗਲੀ ਦਵਾਈ ਆਉਂਦੀ ਹੈ ਸਟੌਂਪ ਪੈਂਡੀਮੈਥਾਲੀਨ 3 EC 3 EC ਦੀ ਰਿਕਮੈਂਡੇਸ਼ਨ ਹੈ ਚੋਣੇ ਦੇ ਵਿੱਚ ਆ ਬਾਕੀ ਜਿਹੜੀਆਂ ਤੁਸੀਂ ਹੋਰ ਪਰਸੈਂਟੇਜ ਲਈ ਫਿਰਦੇ ਹੋ ਉਹਦੀ ਰਿਕਮੈਂਡੇਸ਼ਨ ਚੋਣੇ ਦੇ ਵਿੱਚ ਹਜ ਤੱਕ ਨਹੀਂ ਹੈਗੀ ਇਹ ਦਵਾਈ ਉਸ ਜਗ੍ਹਾ ਤੇ ਵਰਤੀ ਜਾਂਦੀ ਹੈ ਜਿਸ ਜਗ੍ਹਾ ਤੇ ਝੋਨੇ ਦੇ ਵਿੱਚ ਪਾਣੀ ਦੀ ਕਾਫੀ ਜ਼ਿਆਦਾ ਘਾਟ ਹੋਵੇ ਪਾਣੀ ਲਾਤਾ 5-7 ਘੰਟੇ ਚ ਪਾਣੀ ਜੀਰ ਜਾਂਦਾ ਲਾਈਟ ਚੱਲਦੀ ਆ ਪਾਣੀ ਭਰਿਆ ਲਾਈਟ ਗਈ ਤੇ ਪਾਣੀ ਜੀਰ ਗਿਆ ਤਾਂ ਉਥੇ ਨਦੀਨ ਕੰਟਰੋਲ ਕਰਨ ਵਾਸਤੇ ਅਸੀਂ ਪੈਂਡੀਮੈਥਾਲੀਨ ਦਵਾਈ ਯੂਜ਼ ਕਰਦੇ ਆ ਪੈਂਡੀਮੈਥਾਲੀਨ 30 EC ਜਿਹੜੀ ਦਵਾਈ ਹੈਗੀ ਹੈ 1 ਤੋਂ ਸਵਾ ਲੀਟਰ ਪ੍ਰਤੀ ਕਿੱਲਾ ਵਰਤੀ ਜਾਂਦੀ ਹੈ ਹਲਕੀਆਂ ਜ਼ਮੀਨਾਂ ਦੇ ਵਿੱਚ ਘੱਟ ਮਾਤਰਾ ਮੈਂ ਕਿ 1 ਲੀਟਰ ਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਸਵਾਹ ਲੀਟਰ ਤੱਕ ਵੀ ਅਸੀਂ ਵਰਤ ਸਕਦੇ ਹਾਂ ਤਾਂ ਜਿੱਥੇ ਕਿਤੇ ਤੁਹਾਡੇ ਪਾਣੀ ਦੀ ਬਾਲੀ ਦਿੱਕਤ ਹੈਗੀ ਹੈ ਉਹਨਾਂ ਜ਼ਮੀਨਾਂ ਦੇ ਵਿੱਚ ਪੈਂਡੀ ਮੈਥਲੀਨ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਅਗਲੀ ਦਵਾਈ ਆਉਂਦੀ ਹੈ ਪਰਟੀਲਾ ਕਲੋਰ ਦੋਸਤੋ ਪਰਟੀਲਾ ਕਲੋਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਪਰਟੀਲਾ ਕਲੋਰ ਹੁੰਦੀ ਹੈ 37 EW ਇੱਕ ਪਰਟੀਲਾ ਕਲੋਰ ਹੁੰਦੀ ਹੈ 50 EC 37 EW ਉਥੇ ਇਸ ਕੰਮ ਕੀਤਾ ਜਾਂਦਾ ਵਰਤੀ ਜਾਂਦੀ ਹੈ ਜਿਸ ਜਗ੍ਹਾ ਤੇ ਪਾਣੀ ਦੀ ਥੋੜੀ ਘਾਟ ਹੈ ਤੇ EC ਵਾਲੀ ਉਥੇ ਵਰਤੀ ਜਾਂਦੀ ਹੈ ਜਿੱਥੇ ਤੁਸੀਂ 72 ਘੰਟੇ ਪਾਣੀ ਭਰ ਕੇ ਰੱਖ ਸਕਦੇ ਹੋ ਇਸ ਦਵਾਈ ਦੀ ਖਾਸੀਅਤ ਇਹ ਹੈ ਕਿ ਜਿਹੜੇ ਨਦੀਨਾਂ ਨੇ ਹਜੇ ਤੱਕ ਉੱਗੇ ਨਹੀਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਕੰਟਰੋਲ ਕਰ ਸਕਦੀ ਹੈ ਜਿਹੜੇ ਨਦੀਨ ਟੰਗੂਰ ਮਾਰਗੇ ਜਾਂ ਜਿਹੜੇ ਨਦੀਨ ਉਗ ਖੜੇ ਹੈ ਉਹਨਾਂ ਤੇ ਇਹ ਕੰਮ ਨਹੀਂ ਕਰਨਾ ਇਹ ਜਿਹੜੀ ਤਾਂ ਤੁਹਾਡੀ 50 EC ਹੈ ਇਹ 600 ml ਕਿੱਲੇ ਦੀ ਵਰਤੀ ਜਾਂਦੀ ਹੈ ਜਿਹੜੀ 37 EWU ਹੈ 750 ml ਕਿੱਲੇ ਦੀ ਵਰਤੀ ਜਾਂਦੀ ਹੈ ਐਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਖੇਤ ਦੇ ਵਿੱਚ ਇਹ ਆਪਣੇ ਮੁਰਕ ਗੰਡ ਵਾਲਾ ਡੀਲਾ ਵਗੈਰਾ ਹੁੰਦਾ ਸਾਥੀ ਦਵਾਈ ਹੈ 10 WP ਪਾਈਰਾਜੋ ਸਲਫੁਰਨਥਾਈਲ 60 ਗ੍ਰਾਮ ਪ੍ਰਤੀ ਕਿੱਲਾ ਇਹਨਾਂ ਨੇ ਰਿਕਮੈਂਡਡ ਰਿਕਮੈਂਡੇਸ਼ਨ ਕੀਤੀ ਹੈ ਇਹ ਆਕਸਾਡ ਡਾਇਰਾਗਾਈਲ ਦਵਾਈ ਹੈ ਜਿਹਨੂੰ ਟੌਪਸਟਾਰ ਤੁਸੀਂ ਕਹਿੰਦੇ ਹੋ 80WP ਇਹਦੀ 45 ਗ੍ਰਾਮ ਦੀ ਪ੍ਰਤੀ ਕਿੱਲੇ ਦੀ ਸਪਾਰਸ਼ ਡੇਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੀਤੀ ਹੈ ਤਾਂ ਦੋਸਤੋ ਇਹ ਸੀ ਦਵਾਈਆਂ ਜਿਨ੍ਹਾਂ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਜਿਹੜਾ ਹੈਗਾ ਝੋਨਾ ਲਾਉਣ ਤੋਂ ਦੋ ਤੋਂ ਤਿੰਨ ਦਿਨ ਦੇ ਵਿੱਚ ਵਿੱਚ ਖੇਤ ਦੇ ਵਿੱਚ ਅਸੀਂ ਵਰਤ ਸਕਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਹ ਝੋਨਾ ਲਾਉਣ ਤੋਂ ਬਾਅਦ ਦੇ ਵਿੱਚ ਜਦੋਂ ਨਦੀਨ ਉੱਗੋਂਦੇ ਤੇ ਕਿਹੜੀ ਦਵਾਈ ਸੀ ਵਰਤ ਸਕਦੇ ਹਾਂ ਧੰਨਵਾਦ ਦੋਸਤੋ ਮਿਹਰਬਾਨੀ